ਅਵਾਜ਼ੇ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਵਨ ਹਾਰਦਿਕ ਸਵਾਗਤ ਕਰਦਾ। ਅੱਜ ਲੋਕਡਾਊਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਕੇ ਰਤਵਾਸ ਦਿਖਾਉਣ ਲਈ ਪਹੁੰਚੇ ਸੀ। ਇੱਥੋਂ ਦਾ ਪੂਰਾ ਤੁਹਾਨੂੰ ਮਾਹੌਲ ਦਿਖਾਊਂਗਾ। ਹੁਣ ਜਿਹੜੀ ਇੱਥੇ ਹਦਾਇਤਾਂ ਜ਼ਰੂਰ ਦਿੱਤੀਆਂ ਗਈਆਂ ਕਿ 6 ਵਜੇ ਤੱਕ ਜਿਹੜਾ ਬਾਜ਼ਾਰ ਬਿਲਕੁਲ ਬੰਦ ਮੁਕੰਮਲ ਬੰਦ ਕਰ ਦਿੱਤਾ ਜਾਂਦਾ, ਪਰ ਉਸ ਤੋਂ ਪਹਿਲਾਂ ਗਰਮੀ ਹੋਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਹੋ ਰਹੀ। ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ, ਬਹੁਤ ਜ਼ਿਆਦਾ ਭੀੜ ਹੋ ਰਹੀ ਹੈ। ਗਰਮੀ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਗਿਣਤੀ ਭੀੜ ਹੋ ਰਹੀ ਹੈ ਅਤੇ ਹੋਰ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਜਾ ਕੇ ਅਸੀਂ ਬੱਚੇ ਜਿਸ ਤਰ੍ਹਾਂ ਦਾ ਵੀ ਮੈਂ ਪੂਰਾ ਮਾਹੌਲ ਤੁਹਾਨੂੰ ਦਿਖਾਊਂਗਾ। ਇਸੇ ਤਰ੍ਹਾਂ ਮੇਰੇ ਨਾਲ ਬਣੇ ਰਹੇ। ਇੱਥੇ ਜਿਹੜੀ ਲੱਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਮੈਂ ਜਦ ਵੀ ਆਉਣਾ ਹਰ ਵਾਰ ਇੱਥੇ ਆ ਕੇ ਜ਼ਰੂਰ ਪੀਂਦੀ ਹਾਂ, ਅੱਜ ਵੀ ਜ਼ਰੂਰ ਪੀਵਾਂਗਾ ਇਹ ਲੱਸੀ। ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਵਾਪਸ ਆਏ ਹਾਂ। ਟਾਈਮ ਦਾ ਰਾਤ ਦੇ 9 ਵੱਜ ਚੁੱਕੇ ਨੇ, ਹੁਣ ਪੂਰੀ ਮਾਰਕੀਟ ਜਿਹੜਾ ਬੰਦ ਪਈ ਹੈ। 6 ਵਜੇ ਪੂਰੀ ਮਾਰਕੀਟ ਬੰਦ ਹੋ ਗਈ ਸੀ, ਪੂਰੀ ਮਾਰਕੀਟ ਬੰਦ ਪਈ ਆ। ਅੰਮ੍ਰਿਤਸਰ ਤੋਂ ਵਾਪਸ ਆਉਂਦੇ ਹੋਏ ਗੁਰਦੁਆਰਾ ਸ਼੍ਰੀ ਨਾਨਕਸਰ ਹਰੀਕੇ ਵਿਖੇ ਥੋੜ੍ਹਾ ਟਾਈਮ ਲਈ ਰੁਕੇ ਸੀਗੇ। ਬਹੁਤ ਵਧੀਆ ਮਾਹੌਲ, ਅੱਜ ਮੌਸਮ ਵੀ ਬਹੁਤ ਵਧੀਆ, ਬਾਰਿਸ਼ ਹੋ ਕੇ ਹਟੀ ਹੈ, ਵੀ ਬੜੀ ਠੰਡੀ ਠੰਡੀ ਹਵਾ ਚੱਲੀ ਜਾਂਦੀ।
ਜਾਊਗਾ।